ਮਿੰਟੂ ਜੀ ਮੈਂ ਕਿਹਨਾਂ ਸੀਕੇ ਕਾਨਕ ਕਾਲੀ ਖਬਰ ਨਾਲ ਸ਼ੁਰੂ ਕਰ ਲਈ ਕਿਉਂਕਿ ਕਿਸਾਨਾਂ ਨਾਲ ਜੁੜੀ ਹੋਈ ਔਰ ਮੇਰੇ ਖਿਆਲ ਨਾਲ ਇਸ ਤੋਂ ਵੱਡਾ ਮੁੱਦਾ ਪੰਜਾਬ ਵਾਸਤੇ ਤਾਂ ਕੋਈ ਹੈ ਨਹੀਂ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਤਾਂ ਉਹਨੂੰ ਲੈ ਕੇ ਖਬਰਾਂ ਆ ਰਹੀਆਂ ਸੀ ਮੀਡੀਆ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਿ ਭਾਈ ਰਾਹਤ ਮਿਲ ਗਈ ਹੈ ਕਿਸਾਨਾਂ ਵਾਸਤੇ ਕੇਂਦਰ ਦੇ ਜੋ ਫਰਮਾਨ ਆਇਆ ਹੈ ਖਰੀਦ ਨੂੰ ਲੈ ਕੇ ਤਾਂ ਕੁਆਲਿਟੀ ਦੇ ਕੁਝ ਪੈਰਾਮੀਟਰ ਜਿਹੜੇ ਉਹਦੀਆਂ ਕੁਝ ਕੋ ਜਿਹੜਾ ਲੈਟਰ ਉਹ ਵਾਇਰਲ ਵੀ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਤਾਂ ਉਹ ਹੈ ਕੀ ਹੈ ਬੇਸਿਕਲੀ ਲੈਟਰ ਤਾਂ ਉਹ ਹਰਿਆਣਾ ਨੂੰ ਵੀ ਗਿਆ ਜੀ ਬੇਸਿਕਲੀ ਪੰਜਾਬ ਨੂੰ ਵੀ ਗਿਆ ਜੀ ਇੱਕ ਲੈਟਰ ਜਿਹੜਾ ਜੋ ਸਾਡੀਆਂ ਇੱਥੇ ਖਰੀਦ ਏਜੰਸੀਆਂ ਹੁੰਦੀਆਂ ਨੇ ਜਿਹਨੂੰ ਆਪਣੇ ਅਸੀਂ ਕਹਾਂ ਲੋ ਮੋਟਾ ਮੋਟਾ ਕਿਉਂਕਿ ਵੱਡੀ ਤਾਂ ਇਹੀ ਨੇ ਜੀ ਐਫਸੀਆਈ ਜਿਹੜੀ ਹੈ ਉਹ ਐਫਸੀਆਈ ਕੇਂਦਰ ਵਾਸਤੇ ਖਰੀਦੀ ਆ ਜੀ ਜਿਹੜੀ ਬਾਕੀ ਦੀ ਏਜੰਸੀ ਦੇਸ਼ ਵਾਸਤੇ ਖਰੀਦੀ ਆ ਪੰਜਾਬ ਚੋਂ ਐਫਸੀਆਈ ਵਾਸਤੇ ਗਾਂ ਸਾਡੀਆਂ ਜਿੱਦਾਂ ਹੈਗੀਆਂ ਨੇ ਉਹ ਫੂਡ ਗ੍ਰੇਨ ਕੁਸ਼ ਪਨ ਗ੍ਰੇਨ ਆ ਗਿਆ ਜਾਂ ਦੂਜਾ ਵੀ ਆ ਗਿਆ ਤਿੰਨ ਚਾਰ ਨੇ ਆਪਣੀਆਂ ਜੀ ਜੀ ਪੰਸਪ ਆ ਗਿਆ ਇਹ ਇਹ ਪਨ ਗ੍ਰੇਨ ਹਾਂਜੀ ਤੋਂ ਇਹ ਇਹ ਸਾਰੀਆਂ ਆ ਗੀਆਂ ਸੌਰੀ ਮੈਂ ਫੂਡ ਗ੍ਰੇਨ ਕਰ ਰਿਹਾ ਸੀਗਾ ਜੀ ਜੀ ਤਾਂ ਮਤਲਬ ਕਿ ਇਹ ਤਿੰਨ ਚਾਰ ਜਿਹੜੀਆਂ ਏਜੰਸੀਆਂ ਗਾ ਇਹਨਾਂ ਦੀ ਜਿਹੜੀ ਤਾਲਮਿਲ ਕਮੇਟੀ ਆ ਜੀ ਉਹਨਾਂ ਨੇ ਵੀ ਲੈਟਰ ਲਿਖਿਆ ਹੋਇਆ ਜੀ ਸੋ ਇਸ ਚੀਜ਼ ਨੂੰ ਇੱਕ ਇੱਕ ਕਰਕੇ ਜੇ ਸਮਝੀਏ ਤਾਂ ਦੇਖੋ ਪੰਜਾਬ ਸਰਕਾਰ ਨੇ ਖਤ ਲਿਖਿਆ ਸੀਗਾ ਜੀ ਜਾਂ ਕਹਿ ਲਓ ਦਰਖਾਸਤ ਕੀਤੀ ਸੀਗੀ ਕਿ ਭਾਈ ਤੁਸੀਂ ਸਾਨੂੰ ਰਿਆਇਤ ਦਿਓ ਜੀ ਉਹਨਾਂ ਨੇ ਰਿਆਇਤ ਤਾਂ ਥੋੜੀ ਬਹੁਤੀ ਦਿੱਤੀ ਆ ਜੀ ਪਰ ਮੈਨੂੰ ਲੱਗਦਾ ਜਿੰਨੀ ਕੋਈ ਮੈਂ ਸਮਝ ਰੱਖਦਾ ਕਿਸਾਨੀ ਨਾਲ ਜਾਂ ਲੋਕ ਮੰਡੀਕਰ ਨਾਲ ਜੁੜੀ ਜਿੰਨੀ ਕੋਈ ਮੈਨੂੰ ਸੁਝਾ ਆ ਜੀ ਤਾਂ ਇਹ ਤਾਂ ਗਾਂਹ ਜਾ ਕੇ ਬੜਾ ਵੱਡਾ ਰਫੜ ਪਵੇਗਾ ਜੀ ਤੁਸੀਂ ਕਹੋਗੇ ਕਿ ਹਾਂ ਇੱਕ ਪਾਸੇ ਮੀਡੀਆ ਪ੍ਰਚਾਰ ਰਿਆ ਕਿ ਰੈਤ ਫਲਾਣ ਟਮਕਾਨ ਉਹ ਚਲੋ ਠੀਕ ਹੈ ਉਹ ਪਾਟ ਹੈ ਤੇ ਹਰ ਇੱਕ ਬੰਦੇ ਦਾ ਆਪਣਾ ਨਸਰੀਆ ਹੁੰਦਾ ਹੈ ਪਰ ਮੇਰਾ ਮੰਨਣਾ ਹੈ ਕਿਉਂਕਿ ਅਸੀਂ ਮੰਡੀਆਂ ਦੀ ਸਮੱਸਿਆ ਤੋਂ ਵਾਕਾਪਾਂ ਜੀ ਅਸੀਂ ਮੱਛਰ ਲੜਾਏ ਹੋਏ ਨੇ ਉੱਥੇ ਚਾਰ-ਚਾਰ ਦਿਨ ਬੈਠ ਕੇ ਜੀ ਮਤਲਬ ਕਿ ਸਾਰਾ ਕੁਝ ਜਿਹੜਾ ਹੈ ਨਾ ਉਹ ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਪਤਾ ਹੁੰਦਾ ਹੈ ਜੀ ਕਿ ਹਿੱਟਲੇ ਲੈਵਲ ਤੇ ਗਾਂ ਸਿਆਪਾ ਕਿੱਥੇ ਪੈਣਾ ਹੈ ਜੀ ਹੁਣ ਜਿਹੜਾ ਤਾਂ ਇਹਨਾਂ ਨੇ ਜੋ ਪੱਤਰ ਲਿਖਿਆ ਜੀ ਉਹ ਤਾਂ ਕੁਝ ਮਤਲਬ ਕਿ ਇਸ ਤਰ੍ਹਾਂ ਕਹਿੰਦਾ ਮੇਨ ਸਾਡੀ ਪ੍ਰੋਬਲਮ ਹੋਏਗੀ ਇੱਕ ਤਾਂ ਬਦਰੰਗ ਦਾਣੇ ਦੀ ਤਾਂ ਜਿਹੜੇ ਰੰਗ ਗਣ ਦਾਣੇ ਦਾ ਰੰਗ ਬਦਲ ਹੋ ਜਾਏਗਾ ਦਾਣਾ ਤਾਂ ਦੇਖੋ ਹੁਣ ਇਹ ਐ ਨਾ ਕਿ ਨਹੀਂ ਜਿਆਦਾ ਪੈ ਗਿਆ ਤਦ ਵੀ ਉਹ ਰੰਗ ਬਦਲ ਜਾਂਦਾ ਹੈ ਜੀ ਉਤਲਾ ਜਿਹੜਾ ਖੋਲ ਹੁੰਦਾ ਮੰਨ ਲਓ ਇਹਦੇ ਚ ਇੱਕ ਟਰਮ ਯੂਜ਼ ਕੀਤੀ ਜਾਂਦੀ ਆ ਖਰੀਦ ਦੇ ਮਾਮਲੇ ਚ ਉਹ ਹੁਣ ਮੈਨੂੰ ਯਾਦ ਨਹੀਂ ਆ ਰਹੀ ਤਾਂ ਜਿਵੇਂ ਆਟਾ ਵਿੱਚ ਠੀਕ ਆ ਉੱਤੇ ਦਾਣਾ ਜਿਹੜਾ ਖੋਲ ਐ ਜਿਹੜਾ ਕਣਕ ਦਾ ਛੇਲ ਐ ਜਿਹੜੀ ਦਾਣੇ ਦੀ ਉਹ ਉਹ ਮਲ ਕੇ ਖਰਾਬ ਹੋ ਗਈ ਤਾਂ ਬਦਰੰਗ ਦਾਣੇ ਹੀ ਆਹੋ ਜੀ ਜੀ ਤਾਂ ਇਸ ਤਰ੍ਹਾਂ ਮਤਲਬ ਕਿ ਠੀਕ ਹੈ ਕੋਈ ਸ਼ਰਤ ਜ਼ਰੂਰ ਉਹਨਾਂ ਨੇ ਦਿੱਤੀ ਹੋਏਗੀ ਮੈਂ ਉਸ ਚੀਜ਼ ਨਾਲ ਨਹੀਂ ਕਹਿੰਦਾ ਕਿ ਮੈਂ ਕੋਈ ਹੁਣ ਮੰਨਣ ਤੋਂ ਇਨਕਾਰੀ ਹਾਂ ਜੀ ਪਰ ਰੋਲਾ ਪਸੂੜੀ ਜਿੱਥੇ ਪੈਣੀ ਆ ਜੀ ਅ ਅਸੀਂ ਹੁਣ ਇਹਨਾਂ ਦਾ ਕੱਢਿਆ ਪ੍ਰਿੰਟ ਆਊਟ ਇਦੇ ਵਿੱਚ ਜਿਹੜੀ ਗੱਲ ਉਹ ਕਹਿੰਦੇ ਆ ਕਿਉਂਕਿ ਇਹਨਾਂ ਨੇ ਜੋ ਬਦਰੰਗ ਦਾਣੇ ਤੇ ਲਿਖਿਆ ਹੈ ਲਿਖਿਆ ਕਿ 10 ਤੋਂ 80 ਫੀਸਦੀ ਬਦਰੰਗ ਦਾਣੇ ਤੇ 5 ਰੁਪਏ 31 ਪੈਸੇ ਕੁਆਂਟਲ ਕਟ ਲੱਗੇਗਾ ਤੇ ਸਾਡੀ ਤੇ ਸਾਰੀ ਕਣਕ ਜਿਹੜੀ ਹੈ ਨਾ ਉਹ ਤੁਸੀਂ ਦੇਖੋਗੇ ਤਾਂ 10 ਤੋਂ 80% ਦੇ ਵਿਚਾਰੇ ਆਏਗੀ ਤਕਰੀਬਨ ਜੀ ਜੇ ਥੋੜਾ ਬਹੁਤਾ ਹਿੱਸਾ ਛੱਡ ਦਈਏ ਤਾਂ ਜੀ ਤਾਂ ਬਦਰੰਗ ਦਾਣਾਂ ਵਾਲੇ ਮਾਮਲੇ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਹੋਇਆ ਕਿ ਦਾਣਾ ਆਪਣਾ ਜਿਹੜਾ ਨੁਕਸਾਨਿਆ ਗਿਆ ਉਹ ਇੱਕ ਅੰਦਾਜ਼ਾ ਹੈ ਮੋٹے ਤੌਰ ਤੇ ਕਿ ਉਹ ਬਈ 25 30 ਤੋਂ ਜੀ 80 85 ਤੱਕ ਚਲੇ ਜਾਂਦਾ ਹੈ ਜੀ ਤਾਂ ਇਹਦਾ ਮਤਲਬ ਕਿ ਇਹਦੇ ਵਿੱਚ ਵੀ ਕਟ ਹੈਗਾ ਜੀ ਫਿਰ ਦੂਜੀ ਚੀਜ਼ ਜਿਹੜੀ ਹੈ ਕਿ ਜਿਵੇਂ 6% ਤੱਕ ਤਾਂ ਉਹਨਾਂ ਨੇ ਕਿਹਾ ਕਿ ਬਈ ਚਲੋ ਠੀਕ ਆ ਸਾਨੂੰ ਪਰਵਾਹ ਨਹੀਂ ਪਰ ਜੇਕਰ ਦਾਣਾ 6 ਤੋਂ 8% ਸੁੰਗੜਿਆ ਜਾਂ ਟੁੱਟਿਆ ਤਾਂ ਫਿਰ 5 ਰੁਪਏ 31 ਪੈਸੇ ਪ੍ਰਤੀ ਕੁਇੰਟਲ ਕੱਟ ਲੱਗੇਗਾ ਫਿਰ 8 ਤੋਂ 10% ਵਾਸਤੇ 10 روپے 68 پیسے مطلب کہ نو 5 روپے 31 ਨੂੰ ਮਲਟੀਪਲਾਈ ਕਰ ਲੋ ਇਹ ਡਬਲ ਹੋ ਗਿਆ ਇੱਥੇ ਆ ਕੇ ਠੀਕ ਹੈ ਜੀ ਜਿਵੇਂ 15 ਤੋਂ 16% ਦੀ ਲਈ ਫਿਰ ਇਹ ਡਬਲ ਹੋ ਗਿਆ ਜੀ 26 روپے 68 پیسے تقریبا ਜੀ ਜੀ 16 ਤੋਂ 18% ਜੇਕਰ ਦਾਣਾ ਟੁੱਟਿਆ ਜਾਂ ਸੁngੜਿਆ ਤਾਂ ਉੱਥੇ ਇਹ ਚਲੇ ਜਾਏਗਾ 31.87 ਜੀ ਕੱਟ ਲੱਗੇਗਾ ਮਤਲਬ ਕਿ 31 روپے 87 پیسے ਜੀ ਮੈਕਸਮਮ ਇਦਾ ਮਤਲਬ ਇਹ ਹੈ ਕਿ ਹਿਸਾਬ ਲਾ ਲਓ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਐਮਐਸਪੀ ਦਾ ਰੇਟ ਆ ਉਹਦੇ ਵਿੱਚ ਇਹ ਇੰਨਾ ਕੱਟ ਲੱਗਣਾ ਫਿਰ ਇਹ ਘਟੇਰੀ ਚ ਜਿਹੜਾ ਰੇਟ ਵਧਾ ਕੇ ਦੱਸਿਆ ਗਿਆ ਸੀ ਪਹਿਲਾਂ ਕਿ ਬਾਈ ਇਸ ਰੇਟ ਤੇ ਖਰੀਦੀ ਆਣੀ ਹੈ ਤਾਂ ਉਹ ਚ ਹੁਣੇ ਕੱਟ ਲੱਗਣਾ ਇੰਨਾ ਐਮਐਸਪੀ ਚੋਂ ਕੱਟ ਲੱਗਣਾ ਐਮਐਸਪੀ ਚੋਂ ਉਹ ਉਹ ਕੁਆਲਿਟੀ ਦੇ ਹਿਸਾਬ ਨਾਲ ਕਿ ਇੰਨਾ ਜਿਹੜਾ ਮਿਆਰ ਆ ਉਹ ਹੀ ਠਾਹ ਮੈਮਾਨੇ ਹੱਥੋਂ ਇੰਨਾ ਹੀ ਠਾਹ ਆਇਆ ਤਾਂ ਇਹ ਇਹ ਤਾਂ ਹੈ ਚਲੋ ਆ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਜਾਂ ਜੋ ਲੈਟਰ ਆ ਹੁਣ ਮੈਂ ਤੁਹਾਨੂੰ ਸਮੱਸਿਆ ਦੱਸਦਾ ਕਿ ਸਮੱਸਿਆ ਕਿੱਥੇ ਆਣੀ ਹੈ ਜੀ ਪਹਿਲੀ ਗੱਲ ਇਹ ਹੈ ਕਿ ਹੁਣ ਦੇਖੋ ਇੱਕ ਇਨਸਪੈਕਟਰ ਹੈ ਸਾਡਾ ਜੀ ਖਰੀਦ ਇਨਸਪੈਕਟਰ ਹੈ ਉਹਦੇ ਕੋਲ ਮੰਡੀਆਂ ਨੇ 4 ਹੁਣ ਟੋਟਲੀ ਪੂਰੇ ਪੰਜਾਬ ਨੂੰ ਤੁਸੀਂ ਇੱਕੋ ਹੀ ਦਾਇਰੇ 'ਚ ਰੱਖ ਦਿੱਤਾ ਮਤਲਬ ਕਿ ਆ ਬਾਈ ਨੀਮਾ ਦਾ ਦਾਇਰਾ ਇਹਦੇ 'ਚ ਰਹਿ ਕੇ ਖਰੀਦ ਕਰਨੀ ਹੈ ਇੱਕ ਇਨਸਪੈਕਟਰ ਕੱਲੀ-ਕੱਲੀ ਢੇਰੀ ਤੇ ਜੇ ਘੁੰਮੇਗਾ ਤੇ ਸਮਾਂ ਕਿੰਨਾ ਲੱਗੇਗਾ ਕਿਉਂ ਕਿ ਕਿਉਂਕਿ ਇੱਥੇ ਤੁਸੀਂ ਫੀਸਦ ਕੱਢੋਗੇ ਕਿਦਾਂ ਇਹਨਾਂ ਦਾ ਇੱਕ ਢੰਗ ਹੁੰਦਾ ਹੈ ਇਹ ਵੀ ਤੁਹਾਨੂੰ ਮੈਂ ਦੱਸਦਾ ਚਿੱਟੀ ਥਾਲੀ 'ਚ ਦਾਣੇ ਪਾਏ ਜਾਂਦੇ ਨੇ ਵੇਖਿਆ ਕਿਤੇ ਮੰਡੀ 'ਚ ਨਹੀਂ ਦੇਖਿਆ ਇਹ ਚੀਜ਼ਾਂ ਤਾਂ ਪਉਦੋਂ ਨਹੀਂ ਦੇਖਣਗੀਆਂ ਕਿ ਜਦੋਂ ਮਤਲਬ ਨਹੀਂ ਦੇਖਿਆ ਮੈਂ ਤੁਹਾਨੂੰ ਦੱਸਦਾ ਇਹ ਸਾਰਾ ਕੁਝ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਜੀ ਚਿੱਟੀ ਥਾਲੀ ਚ ਚਟੇ ਥਾਲ ਚ ਦਾਣੇ ਪਾਏ ਜਾਂਦੇ ਆ 100 ਗ੍ਰਾਮ ਪਾ ਲੈ 50 ਗ੍ਰਾਮ ਪਾ ਲੈ ਉਹ ਉਹਦੇ ਲਈ ਫਿਰ ਸੁਨਿਆਰ ਕੰਡਾ ਜਿਹੜਾ ਛੋਟਾ ਜਿਹਾ ਕੰਡਾ ਹੁੰਦਾ ਜੀ ਜੀ ਉਹ ਉਹ ਹੈਗਾ ਉਹਨਾਂ ਕੋਲ ਉਹਦੇ ਵਿੱਚੋਂ ਫਿਰ 150 ਚੋਂ ਫਿਰ ਦੇਖਣੇ ਵੀ ਚਾਰ ਦਾਣੇ 10 ਦਾਣੇ ਕਿਹੜੇ ਟੁੱਟੇ ਆ ਸੁੰਘੜੇ ਆ ਬਦਰੰਗ ਆ ਤੁਸੀਂ ਮੈਨੂੰ ਦੱਸੋ ਕਿ ਇਹ ਪ੍ਰਕਿਰਿਆ ਜਿਹੜੀ ਆ ਉਹ ਕਿੰਨੀ ਗੁੰਝਲਦਾਰ ਬਣ ਜਾਏਗੀ ਕਿਉਂਕਿ ਸਾਰੇ ਇੱਕ ਇਲਾਕੇ ਵਾਸਤੇ ਨਹੀਂ ਹੈ ਜੇ ਤਾਂ ਇੱਕ ਇਲਾਕੇ ਵਾਸਤੇ ਮੰਨ ਲਓ ਕੋਈ ਸਮੱਸਿਆ ਕੋਈ ਦਿੱਕਤ ਮੰਨ ਲਓ ਕੋਈ ਜ਼ਿਆਦਾ ਇੱਕ ਜ਼ਿਲ੍ਹੇ ਚ ਨੁਕਸਾਨ ਹੋ ਗਿਆ ਤਾਂ ਠੀਕ ਹੈ ਕਿਉਂਕਿ ਕਈ ਜ਼ਿਲ੍ਹੇ ਆ ਚਾ ਜੀ ਅੱਛਾ ਉੱਥੇ ਫਿਰ ਸਿਆਪਾ ਇਹ ਪਾਏਗਾ ਕਿ ਹੁਣ ਸਾਰੀ ਢੇਰੀ 100 ਕੁਇੰਟਲ ਦੀ ਉਹਦੇ ਚ ਚੁੱਕੇ ਆ ਇਹ ਦਾਣੇ ਕਿਸਾਨ ਅੱਡ ਤੋ ਰੋਏਗਾ ਕਿ ਭਾਈ ਨਹੀਂ ਮੇਰੀ ਤਾਂ ਐਸ ਭਾਈ ਦਰਜੇ ਚ ਨਹੀਂ ਜਾਂਦੀ ਜੀ ਉਹ ਦਰਜਾ ਬਦਰਜਾ ਬਣਾਉਂਦਾ ਨਾ ਤੁਸੀਂ ਕਿ ਇੰਨਾ ਕੱਟ ਇੰਨਾ ਕੱਟ ਉਹ ਤਾਂ ਕਹੇਗਾ ਕਿ ਨਹੀਂ ਮੇਰੀ ਤੇ ਬਈ ਆਲਾ ਦਰਜੇ ਦੀ ਹੈ ਤੁਸੀਂ ਇਹਨੂੰ ਬੜਾ ਥੱਲੇ ਨਿਜਾਰੇ ਚ ਮਿਆਰ ਦੇ ਪੱਖ ਤੋਂ ਉੱਥੇ ਰੌਲਾ ਤੇ ਉਧਰੋਂ ਫਿਰ ਕਿਸਾਨ ਯੂਨੀਅਨ ਦੇ ਆਗੂ ਵੀ ਜੜਿਆ ਉਹ ਵੀ ਚੁੱਕਣਗੇ ਝੰਡਾ ਹੋ ਸਕਦਾ ਕਿਤੇ ਕਿਤੇ ਡੰਡਾ ਵੀ ਚੁੱਕ ਲੈਣ ਤੇ ਆਪਣੇ ਜਿਹੜੇ ਮੰਡੀਆਂਲੇ ਅਧਿਕਾਰੀ ਆ ਉਹ ਅੱਗੇ ਕੀ ਫਿਰ ਹੋ ਜਾਂਦੇ ਆ ਉਹ ਤਾਂ ਹੁਣ ਫਸ ਗਏ ਨਾ ਸਾਰੇ ਪਾਸੇ ਯਾਦ ਕਿਉਂ ਪਹਿਲਾਂ ਹੀ ਲਿਖ ਰਿਹਾ ਕਿ ਸਾਡੇ ਲਈ ਬਹੁਤ ਵੱਡਾ ਸਿਆਪਾ ਖੜਾ ਕਰ ਰਿਹਾ ਨਾ ਤੁਸੀਂ ਤੇ ਨਾਲ ਦੀ ਨਾਲੇ ਮੈਨੂਅਲ ਪ੍ਰੋਸੈਸ ਕਰਨਾ ਵੀ ਬੜਾ ਮੇਰੀ ਇਹਦੇ ਨਾਲੋਂ ਤਾਂ ਫਿਰ ਇਹਦੇ ਨਾਲੋਂ ਤਾਂ ਕੀ ਸੀਗਾ ਕਿ ਤੁਸੀਂ ਉੱਕਾ-ਪੁੱਕਾ ਚਲੋ ਠੀਕ ਆ ਨੁਕਸਾਨ ਕੁਝ ਇਲਾਕਿਆਂ ਦੇ ਵਿੱਚ ਵਧੇਰੇ ਹੋ ਗਿਆ ਕੁਝ ਚ ਘਟ ਹੈ ਤੇ ਕੁਝ ਚ ਚਲੋ ਵਾਇਗਰੂ ਨੇ ਵਿਚਾਰ ਰੱਖਿਆ ਭਾਈ ਕੁਦਰਤ ਕਿਤੇ ਦਿਆਲ ਹੋ ਗਈ ਕਿਤੇ ਜੀ ਕੁਦਰਤ ਜਿਹੜੀ ਆ ਉਹ ਕਰੋਪ ਹੋ ਗਈ ਤੇ ਜੇ ਤੁਸੀਂ ਇਹਦੇ ਨਾਲੋਂ ਉッカ-ਪੁੱਕਾ ਰੱਖ ਲੈਂਦੇ ਕਿ ਹਾਂ ਭਈ ਇੰਨਾ ਕੋ ਕੱਟ ਲਾਵਾਂਗੇ ਜਿੱਥੇ ਵੀ ਕੁਆਲਿਟੀ ਛੜੀ ਹੈ ਨਾ ਜੀ ਉਹ ਡਾਊਨ ਜਾਏਗੀ ਜੀ ਮਤਲਬ ਕਿ ਉਹਦੇ 'ਚ ਕੀ ਹੁੰਦਾ ਕਿ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਹ ਕਿਹੜੀ ਹੁਣ ਕਣਕ ਜਿਹੜੀ ਹੈ ਉਹ ਮਿਆਰ ਦੇ ਪੱਖੋਂ ਦਰਜੇ 'ਚ ਜਾਏਗੀ ਆਹ ਇੰਨੇ ਪਰਸੈਂਟ ਵਾਲੀ ਆ ਕਿ ਆ ਇੰਨੇ ਪਰਸੈਂਟ ਵਾਲੀ ਆ ਉਸ ਵਿਪਤਾ ਤੇ ਉਸ ਕਲੇਸ ਤੋਂ ਬਚ ਜਾਂਦੇ ਜੇ ਕੱਟ ਲਾਉਣਾ ਹੀ ਸੀਗਾ ਕੋਈ ਹਾਬ ਸਰ ਕੋਈ ਰੁਖ ਸਰ ਕੋਈ ਲਾ ਲੈਂਦੇ ਥੋੜਾ ਬਹੁਤਾ ਜਿਹੜਾ ਗਰਦਾਰੀ ਕਿਸਾਨਾਂ ਨੂੰ ਵੀ ਆਂਦਾ ਕਿਸਾਨਾਂ ਨੂੰ ਵੀ ਦਿੱਕਤ ਨਾ ਹੁੰਦੀ ਕਿ ਆ ਯਾਰ ਜਾਣਾ ਮੰਡੀ ਦੇ ਵਿੱਚ ਚਲੋ ਸਾਡਾ ਦਾਣਾ ਖਰਾਬ ਆ ਤੇ ਉਹਦੀ ਪਰਪਾਈ ਵੀ ਸ਼ਾਇਦ ਸੂਬਾ ਸਰਕਾਰ ਕਹਿੰਦੀ ਕਿ ਆ ਬਈ ਕੱਟ ਦੇ ਚਲੋ ਅਸੀਂ ਕਰ ਲਾਵਾਂਗੇ ਕਿਸੇ ਪੱਖ ਤੋਂ ਜੀ ਜੀ ਕੋਈ ਸ਼ਾਇਦ ਹੋ ਜਾਂਦਾ ਚਲੋ ਪਰੰਤੂ ਹੁਣ ਇਹ ਆ ਕਿ ਉਹ ਜਿਵੇਂ ਮੈਂ ਕਿਹਾ ਕਿ ਉਹਨਾਂ ਦੀਆਂ ਜੋ ਸਪੈਸੀਫਿਕੇਸ਼ਨਸ ਨੇ ਉਹਨਾਂ ਦੀ ਗਾਂ ਫਿਰ ਉਹਨਾਂ ਨੇ ਉਹਨੂੰ ਕਰ ਦਿੱਤਾ ਦਰਜਾਬੰਦੀ ਕਿ ਇੰਨੇ ਚ ਆ ਕੱਟ ਹੋਏਗਾ ਇੰਨੇ ਚ ਆ ਕੱਟ ਹੋਏਗਾ ਤੇ ਉੱਥੇ ਨਾ ਸਿਰਫ ਟਾਈਮ ਜਾਇਆ ਹੋਏਗਾ ਬਲਕਿ ਰੌਲਾ ਰੱਪਾ ਬਹੁਤ ਪਏਗਾ ਮੰਡੀ ਅੱਜ ਹੋ ਸਕਦਾ ਕਈ ਥਾਈਂ ਆਪਾਂ ਨੂੰ ਦੂਸਰੀਆਂ ਲੈਣ ਦੇਂਦੀਆਂ ਸ਼ਿਕਾਇਤਾਂ ਵੀ ਵੇਖਣ ਨੂੰ ਜੀ ਜਾਂ ਕਿਤੇ ਕੋਈ ਧਰਨਾ ਮਜ਼ਾਰਾ ਹੋ ਜੇ ਕਿ ਬਈ ਅਸੀਂ ਖੜਾ ਉਹ ਤਾਂ ਹੋਏਗਾ ਮੈਂ ਤੁਹਾਨੂੰ ਦੱਸ ਦਿੱਤਾ ਜੀ ਉਹ ਤਾਂ ਮਤਲਬ ਕਿ ਜਿੱਥੇ ਕੋਈ ਕੋਈ ਤੱਕਾ ਹੋਏਗਾ ਜਿੱਥੇ ਜਾਂ ਕੁਝ ਗਲਤ ਹੋਏਗਾ ਉੱਥੇ ਤਾਂ ਲੋਕ ਜਿਹੜੇ ਅੜਨਗੇ ਅੜਨਗੇ ਕਈ ਥਾਈਂ ਤੁਹਾਨੂੰ ਪਤਾ ਵੈਸੇ ਵੀ ਕੁਝ ਲੋਕ ਜਿਹੜੇ ਹੁੰਦੇ ਉਹ ਰਾਜਨੀਤੀ ਵੀ ਕਰਦੇ ਆ ਭਈ ਆਪ ਜੀ ਇਹ ਵੀ ਸੱਚ ਹੈ ਨਾ ਦੋਨੇ ਚੀਜ਼ਾਂ ਆ ਨੇ ਜੀ ਤੇ ਇਸ ਕਰਕੇ ਇਹ ਰੌਲੇ ਰੱਪੇ ਦਾ ਸਬਬ ਬਣ ਸਕਦਾ ਹੈ ਜੀ 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 ਬਿਲਕੁਲ ਬਿਲਕੁਲ ਜੀ ਤੇ ਨਾਲ ਹੀ ਮੇਰੇ ਖਿਆਲ ਨਾਲ ਮਿੰਟੂ ਜੀ ਕਿ ਜਿਹੜਾ ਇਹਨਾਂ ਨੇ ਹੁਣ ਇਹ ਸਰਵੇਖਣ ਕਰਾਇਆ ਸੀਗਾ ਤੋਂ ਚੀਜ਼ ਵੀ ਦੇਖ ਲੇ ਤੇ ਕਿ ਭਈ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਉੱਥੇ ਥੋੜਾ ਜਿਹਾ ਪੇਰਵਾਹੀ ਕਰ ਲੋ ਕਿ ਭਈ ਉੱਥੇ ਦਾਣੇ ਦੀ ਕੁਆਲਿਟੀ ਡਾਊਨ ਹੋਈ ਆ ਕਿ ਨਹੀਂ ਹੋਈ ਵਾਕਿਆ ਤੇ ਥੋੜਾ ਸੌਖਾ ਹੋ ਜਿੰਦੇ ਦਾਣੇ ਦੀ ਕੁਆਲਿਟੀ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਮਤਲਬ ਜਿਹੜਾ ਇਹ ਮੀਂਹ ਸੀਗਾ ਸਾਰਿਆਂ ਇਲਾਕ ਤੇ ਇਸ ਰੁੱਤ ਦੇ ਵਿੱਚ ਹੀ ਹੁੰਦਾ ਹੈ ਕਿ ਕਣਕ ਜਿਆਦਾ ਮਤਲਬ ਕਿ ਪੱਕੀ ਜਦੋਂ ਹੁੰਦੀ ਹੈ ਜੀ ਜਿਆਦਾ ਸਲਾਬ ਵੀ ਚੜ ਗਈ ਨਮੀ ਵੀ ਚੜ ਗਈ ਦਾਣਾ ਤੇ ਤਦ ਵੀ ਖਰਾਬ ਹੋ ਜਾਂਦਾ ਹੈ ਦਾ ਜੀ ਸੋ ਇਸ ਕਰਕੇ ਜਿਹੜਾ ਡੈਮੇਜ ਆ ਉਹ ਡੈਮੇਜ ਤਾਂ ਹੈ ਥੋੜਾ ਕਿਤੇ ਬਹੁਤਾ ਹੈ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉੱਕਾ ਪੁੱਕਾ ਥੋੜਾ ਕੋਈ ਹੱਲ ਲੱਭ ਲਿਆ ਜਾਂਦਾ ਹੈ ਦਾ ਇਸੇ ਹੋਰ ਰਸਤੇ ਰਾਹੀਂ ਜੀ ਇਹਨੂੰ ਥੋੜਾ ਅੱਗੇ ਖਰੀਦ ਪ੍ਰਕਿਰਿਆ ਨੂੰ ਤੋੜਿਆ ਜਾਂਦਾ ਤੇ ਬਿਹਤਰ ਸੀਗਾ ਜੀ 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 ਬਹੁਤ ਜ਼ਿਆਦਾ ਇੱਥੋਂ ਦੇ ਜਿਹੜੇ ਕਿਉਂਕਿ ਲੋਕਲ ਜਿਹੜੇ ਆਪਣੇ ਕਰਮਚਾਰੀ ਨੇ ਨਾ ਖਰੀਦ ਏਜੰਸੀਆਂ ਵਾਸਤੇ ਹਾਇਰ ਕੀਤੇ ਹੋਏ ਜਿਹੜੇ ਆ ਜਾਂ ਜਿਹੜੇ ਮਤਲਬ ਕਿ ਨਿਯੁਕਤ ਨੇ ਉਹ ਉਹਨਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਦਾ ਜੀ ਕਿ ਇਹ ਫੀਲਡ ਜਿਹੜੀ ਸੀ ਆਪਾਂ ਬਹੁਤ ਤਕੜਾ ਪੈਣਾ ਸੀ ਬਿਲਕੁਲ ਬਿਲਕੁਲ ਗਰਾਊਂਡ ਦੇ ਉੱਤੇ ਫੇਸ ਤਾਂ ਉਹਨਾਂ ਨੇ ਕਰਨਾ ਡਾ ਕਿਸੇ ਨਾਲ ਉਹੀ ਗੱਲ ਹੈ ਨਾ ਐਫਸੀਆਈ ਵਾਲੇ ਤਾਂ ਤੁਹਾਨੂੰ ਪਤਾ ਹੈ ਉੱਤੇ ਖਲੋਤੇ ਨੇ ਉਹ ਜੀ ਪਰ ਇਹਠਾਂ ਜਿਨ੍ਹਾਂ ਦਾ ਵਾਸਤਾ ਪਏਗਾ ਆੜਤੀਆਂ ਨਾਲ ਜਾਂ ਕਿਸਾਨਾਂ ਨਾਲ ਉਹਨਾਂ ਵਾਸਤੇ ਬੜੀ ਮੁਸ਼ਕਲ ਹੋ ਜਾਏਗੀ ਜੀ 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 ਬਿਲਕੁਲ ਬਿਲਕੁਲ ਜੀ ਤੇ ਇਧਰੋਂ ਜਰਾ ਮੈਂ ਕਮੈਂਟ ਵੀ ਲੈ ਲੈਂਦਾ ਉੱਪਰ ਦਲਜੀਤ ਜੀ ਕਹ ਰਹੇ ਸੀਗੇ ਜੀ ਸਾਡਾ ਪਟਵਾਰੀ ਤਾਂ ਕਹਿੰਦਾ ਕਿ ਡਿੱਗੀ ਕਣਕ ਨੂੰ ਸਰਕਾਰ ਨੁਕਸਾਨ ਹੀ ਨਹੀਂ ਮੰਨਦੀ ਜੀ ਕਨੇਕੇ ਇਦਾਂ ਤਾਂ ਨਹੀਂ ਐ ਮਿੰਟੂ ਜੀ ਡਿੱਗੀ ਕਣਕ ਦੇਖੋ ਇਹ ਤਾਂ ਨੁਕਸਾਨ ਚ ਹੁਣ ਡਿੱਗੀ ਕਣਕ ਹੈ ਉਹਦੇ ਉੱਤੇ ਪਾਣੀ ਖਲੋ ਗਿਆ ਜੀ ਤੇ ਕੀ ਉਹਨੂੰ ਵੀ ਨੁਕਸਾਨ ਨਹੀਂ ਮੰਨਿਆ ਜਾਏਗਾ ਫਸਲ ਵਿਛ ਗਈ ਆ ਉਹਦੇ ਉੱਤੇ ਪਾਣੀ ਚੜ ਗਿਆ ਕਿਉਂ ਨਹੀਂ ਨੁਕਸਾਨ ਹੋਇਆ ਹੋਏਗਾ ਹੁਣ ਇਹ ਕਈ ਵਾਰ ਇਹ ਹੁੰਦਾ ਕਿ ਕੱਲੀ ਡਿੱਗੀ ਆ ਕਣਕ ਹਵਾ ਨਾਲ ਬਿਲਕੁਲ ਚਲੋ ਉਹਦਾ ਤਾਂ ਮੰਨ ਸਕਦੇ ਆ ਕੋਈ ਠੀਕ ਆ ਕਿ ਮੁੜ ਕੇ ਚਲੋ ਧੁੱਪ ਨਿਖਰ ਗਈ ਤੇ ਕਣਕ ਸੁੱਕ ਗਈ ਜੀ ਤੇ ਵੱਢ ਲਈ ਕੋਈ ਚਲੋ 2 ਮਣ ਦਾਣੇ ਘੱਟ ਨਿਕਲੇ ਪਰ ਜੇ ਹੁਣ ਕਹਿ ਕੇ ਵੀ ਡਿੱਗੀ ਆ ਉੱਤੇ ਪਾਣੀ ਖਲੋਤਾ ਤੇ ਮੈਂ ਤਦ ਵੀ ਨੁਕਸਾਨ ਨਹੀਂ ਮੰਨਦਾ ਬਿਲਕੁਲ ਉਹ ਡਿੱਗੀ ਤੇ ਬਿਲਕੁਲ ਖਤਮ ਹੋ ਜਾਏਗੀ ਮੜਕੇ ਜੇ ਉਹਦੇ ਉੱਤੇ ਪਾਣੀ ਚੜ ਗਿਆ ਜਾਂ ਗੜੇ ਗੜੇ ਉੱਤੇ ਵਰ ਗਿਆ ਤਾਂ ਇਸੇ ਲਈ ਤਾਂ ਮੈਨੂਅਲ ਗਰਦੋਰੀ ਠੀਕ ਕਰਕੇ ਹੋਣੀ ਚਾਹੀਦੀ ਹੈ ਭਾਈ ਉਹ ਠੀਕ ਹੈ ਨਾ ਜੀ ਜੀ ਬਿਲਕੁਲ ਜੀ ਤੇਦਰੋ ਜਗਸੀਰ ਜੀ ਕਹਰੇ ਸੀਗੇ ਜੀ ਕਹਿੰਨੇ ਕਿ ਆਪਣਾ ਮਿੰਟੂ ਜੀ ਪਿਛਲੇ ਸਮੇਂ ਜਦੋਂ ਕੱਟ ਲੱਗਿਆ ਸੀ ਤੇ ਸਾਡੀ ਫਸਲ ਸਹੀ ਸੀ ਪਰ ਕੱਟ ਲਾ ਦਿੱਤਾ ਗਿਆ ਜੀ ਤੇ ਇਹ ਤਾਂ ਲੁੱਟ ਨੂੰ ਵੀ ਸੱਦਾ ਜੀ ਕਹਿੰਨੇ ਕਿ ਇਹ ਤਾਂ ਪਹਿਲੀ ਕੱਕੀ ਲੈਣ ਦੇਂਦਾ ਫਿਰ ਉਹ ਵੀ ਰੋਲਾ ਉੱਥੇ ਪਾਏਗਾ ਇਲਜ਼ਾਮ ਲੱਗਣਗੇ ਜੀ ਸੱਚੇ ਵੀ ਲੱਗਦੇ ਆ ਝੂਠੇ ਵੀ ਲੱਗਦੇ ਆ ਇਹ ਬਹੁਤ ਕਲੇਸ਼ ਤਗੜਾ ਪਵੇ ਜੀ 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 ਬਿਲਕੁਲ ਬਿਲਕੁਲ ਜੀ ਅੱਗੇ ਚੱਲਦੇ ਜੀ ਬਿਲਕੁਲ ਪਪਲਪ੍ਰੀਤ ਦੇ ਮਾਮਲੇ ਦੇ ਉੱਤੇ ਵੀ ਗੱਲਬਾਤ ਕਰਦੇ ਆ ਮੈਂ ਇੱਕ ਦੋ ਵੀਰਾਂ ਦੇ ਹੋਰ ਕਮੈਂਟ ਲੈ ਲਾਂ ਫੇਰ ਅਗਲੀ ਖਬਰ ਵੱਲ ਜਾਂਦਾ ਜੀ ਕਾਕੀ ਹੈ ਕਿਸਾਨੀ ਦਾ ਮਸਲਾ ਹੈ ਜੀ ਜੀ ਬਿਲਕੁਲ ਜ਼ਰੂਰੀ ਜੀ ਰੋਟੀ ਦਾ ਮਸਲਾ ਹੈ ਇਹ ਇਹ ਮੁੱਦੇ ਤੇ ਚੱਲਦੇ ਰਹਿੰਦੇ ਸਿਆਸਤ ਵਾਲੇ ਜੀ ਜੀ ਬਿਲਕੁਲ ਕਾਲੇ ਨਾ ਪਿਆ ਕਰੋ ਜੀ ਜੀ ਇਧਰੋਂ ਬਲਵਿੰਦਰ ਜੀ ਕਹਿ ਰਹੇ ਨੇ ਬਲਵਿੰਦਰ ਜੀ ਕਹਿ ਰਹੇ ਆ ਕਹਿੰਦੇ ਜੀ ਜਿੱਥੇ ਜ਼ਮੀਨ ਜਿਹੜਾ ਉਹ ਪਾਣੀ ਨੂੰ ਆਪਣਾ ਜੀਰ ਲੈਂਦੀ ਉੱਥੇ ਨੁਕਸਾਨ ਘੱਟ ਆ ਜੀ ਬਿਲਕੁਲ ਇਹਨਾਂ ਦੀ ਗੱਲ ਵੀ ਠੀਕ ਹੈ ਹਾਂ ਉਹੀ ਹੈ ਨਾ ਥੱਲੇ ਜੇ ਪਾਣੀ ਮੰਨ ਲਓ ਰਿਸ ਗਿਆ ਜੀ ਜਿੱਥੇ ਧਰਤੀ ਜੀਰ ਲੈਂਦੀ ਹੈ ਪਾਣੀ ਤੇ ਤੁੱਪ ਲੱਗੀ ਤੇ ਚਲੋ ਠੀਕ ਹੈ ਨੁਕਸਾਨ ਮੈਂ ਨਾ ਇੱਕ ਵਾਰੀ ਤੁਹਾਨੂੰ ਦੱਸਦਾ ਮਾਨ ਸਾਹਿਬ ਇਹ ਇਹ ਗੱਲ ਹੋਣੀ ਹੈ 12 ਦੀ ਜੀ ਅੱਛਾ ਉਹ ਨਵਾਂ ਨਵਾਈ ਜਿਵੇਂ ਆਂਦੇ ਹੁੰਦੇ ਨੇ ਪਹਿਲੀ ਚੋਰੀ ਪਹਿਲਾ ਵਾ ਜੀ ਤੇ ਨਵਾਂ ਨਵਾਂ ਫਿਰ ਦੁਬਾਰਾ ਬਾਈ ਤੇ ਲੱਗਿਆ ਵੀ ਚਲੋ ਇੱਧਰ ਦੇਖੀਏ ਯਾਰ ਕੋਈ ਸ਼ਾਇਦ ਉਜੇ ਮੈਂ ਆਪਾਂ ਕਹਿੰਦੇ ਰੱਬ ਬਾਹ ਹੀ ਫੜ ਲੇ ਤੇ ਸਾਰਾ ਕੁਝ ਹੋ ਗਿਆ ਕਣਕ ਪੱਕੀ ਤੇ ਇਦਾਂ ਹੀ ਭਾਈ ਬੜਾ ਚੁਖਿੜਾ ਜਿਆ ਆ ਤੇ ਪੱਕੀ ਕਣਕ ਡਿੱਗ ਪਈ ਕਣਕ ਡਿੱਗ ਪਈ ਤੇ ਐ ਵੇਸ਼ੀ ਗਈ ਨਾ ਕਣਕ ਬੜੀ ਭਾਰੀ ਸੀਗੀ ਕਣਕ ਭਾਰੀ ਸੀਗੀ ਤੇ ਜਿਹੜਾ ਵੀ ਲੰਘੇ ਤੇ ਉਹ ਫਿਰ ਤੁਹਾਨੂੰ ਪਤਾ ਇੱਕ ਆਪਣੇ ਪਿੰਡਾਂ 'ਚ ਹੈ ਨਾ ਕਿ ਹੌਸਲਾ ਘੱਟ ਦੇਣ ਵਾਲੇ ਹੁੰਦੇ ਆ ਤੇ ਮਤਲਬ ਕਿ ਚਿੱਤ ਨੂੰ ਡਲੌਣ ਵਾਲੇ ਜ਼ਿਆਦਾ ਹੁੰਦੇ ਆ ਜੀ ਬਸ ਮੋਸ਼ਨ ਨਹੀਂ ਨਿਕਲਣਾ ਯਾਰ ਇਹਦੇ ਚ ਬੜਾ ਕਣਕ ਬੜੀ ਫੱਬੀ ਸੀ ਸਾਡੇ ਭਾਉ ਜਿਵੇਂ ਬੋਲ ਦਿੰਦੇ ਆ ਜੀ ਕਣਕ ਤੇ ਮੌਹਰਿਆ ਬੜੀ ਫੱਬੀ ਸੀ ਪਰ ਉਹਨੂੰ ਤੇ ਗਿਆ ਕੰਮ ਉਹ ਵਿਸ਼ੀ ਰਹੀ ਕਈ ਦਿਨੇ ਉਸ ਤੋਂ ਬਾਅਦ ਵਾਢੀ ਕੀਤੀ ਸੱਚ ਜਾਣਿਓ 55 57 ਮਣ ਚਾੜ ਨਿਕਲਿਆ ਜਿਹੜਾ ਕਦੇ ਮੇਰੇ ਬਾਪੂ ਦੇ ਜੌਂਦੇ ਜੀ ਜ਼ਿੰਦਗੀ ਚ ਸਾਡੀ ਪੈਲੀ ਚ ਨਹੀਂ ਸੀ ਨਿਕਲਿਆ ਜੀ ਤਮੋਂ ਲੱਗ ਕੇ ਇਹ ਹੋ ਜਾਂਦਾ ਕਿ ਕਿਉਂਕਿ ਸਾਡੇ ਉਦੋਂ ਛੋਨਾ ਚਾਹਨਾ ਉਹਨਾਂ ਪਹਿਲੀਆਂ ਚ ਘੱਟ ਲੱਗਦਾ ਸੀਗਾ ਨਰਮੇ ਵਾਲੀਆਂ ਪਹਿਲੀਆਂ ਸੀ ਜ਼ਿਆਦਾ ਉਹ ਪਾਣੀ ਜੋ ਸੀਗਾ ਸਲਾਬ ਸਲੂਬ ਘੱਟ ਗਈ ਜੀ ਤੇ ਵਧੀਆ ਚਲੋ ਇਦਾਂ ਹੋ ਜਾਂਦਾ ਬਿਲਕੁਲ ਜੀ 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 ਬਿਲਕੁਲ ਬਿਲਕੁਲ ਇਦਾਂ ਵੀ ਹੋ ਜਾਂਦਾ ਜੀ ਤੇ ਅੱਗੇ ਵੀ ਮੈਂ ਦੇਖਦਾ ਕੋ ਕਮੈਂਟ ਲੈਣਾ ਜੀ ਬਲਵਿੰਦਰ ਜੀ ਕਹੇ ਕਿ ਜਦੋਂ ਤੱਕ ਪਾਣੀ ਨਹੀਂ ਲੱਗਦਾ ਜੀ ਜਾਂ ਧਰਤੀ ਨਾਲ ਨਹੀਂ ਲੱਗਦੀ ਕਣਕ ਉਹਨਾਂ ਚ ਨੁਕਸਾਨ ਨਹੀਂ ਮੰਨਦੇ ਜੀ ਸ਼ਾਇਦ ਕਹਦੇ ਕਿ ਉਹ ਤਾਂ ਮੇਰੀ ਖਲਨਾ ਠੀਕ ਵੀ ਹੈ ਮਿੰਟੂ ਜੀ ਜੇ ਡਿੱਗਦਾ ਪੈਂਦੀ ਹੈ ਡਿੱਗ ਤਾਂ ਹੁਣ ਵੇਖੋ ਗੱਲ ਕੀ ਹੈ ਕਿ ਕਣਕ ਚੰਗੀ ਤਗੜੀ ਕਣਕ ਆ ਤੁਸੀਂ ਪਾਣੀ ਲਾ ਕੇ ਆਏ ਹੋ ਰਾਤ ਨੂੰ ਮਾੜੀ ਜੀ ਤੇਜ਼ ਹਵਾ ਚੱਲ ਵੀ ਤਦ ਵੀ ਕਣਕ ਜੜੀ ਹੈ ਨਾ ਡਿੱਗ ਪੈਂਦੀ ਹੈ ਜੀ 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 ਬਿਲਕੁਲ ਬਿਲਕੁਲ ਜੀ ਇਧਰ ਖੁਸ਼ ਤੇ ਲੋਕ ਕਹਿ ਰਹੇ ਆ ਆਪਣਾ ਮਿੰਟੂ ਵੀਰ ਜੀ ਆਪਣੇ ਤਾਂ ਬਿੱਗੇ ਪਿੱਛੇ 4.5 ਕੁਇੰਟਲ ਕਣਕ ਨਿਕਲਦੀ ਹੈ ਜੀ ਅੱਜ ਤੂੜੀ ਬਣਾ ਰਹੇ ਆ ਜੀ ਤੂੜੀ ਜ਼ਰੂਰ ਘਟ ਨਿਕਲ ਰਹੀ ਹੈ ਜੀ ਮੈਲੀ ਹੈ ਜੀ ਕਹਿੰਦੇ ਕਿ ਅਤੇ ਉਹ ਤੋਂ ਰੰਗ ਨਾੜ ਦੇ ਨੁਕਸਾਨ ਦਿੱਤਾ ਉਹ ਰੰਗ ਬਦਲ ਜਾਣਾ ਇੱਥੇ ਤਾਂ ਲੋਕ ਕਈ ਐਸੇ ਵੀ ਆ ਸਾਡੇ ਪਿੰਡਾਂ ਵੱਲ ਤੇ ਉਹ ਕਹਿੰਦੇ ਵੀ ਦਾਣੇ ਜਿਹੜੇ ਨਿਕਲਣਗੇ ਤੂੰ ਲੈ ਜਾ ਭਰਾਵਾ ਤੂੜੀ ਬਣਾ ਦੇ ਇੱਥੇ ਤਾਂ ਤੂੜੀ ਨਿਕਲ ਆਵੇ ਉਹਦੇ ਵਾਸਤੇ ਵੀ ਕਹਿੰਦੇ ਆ ਕਿ ਸ਼ੁਕਰਗੁਜ਼ਾਰ ਹੋਵਾਂਗੇ ਜੀ ਜੇ ਇਕੱਲੀ ਤੂੜੀ ਨਿਕਲ ਆਵੇ ਤਾਂ ਜੀ ਤੇ ਐਸੇ ਵੀ ਲੋਕ ਪਏ ਆ ਇੱਕ ਦੂਜੇ ਵੱਲ ਵੇਖ ਕੇ ਸਬਰ ਕਰੋ ਹਣਾ ਜੀ 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 ਤੇ ਤੁਹਾਡੀ ਬਦਰਾਂਗੇ ਇੱਥੇ ਤੂੜੀ ਨਿਕਲ ਆਵੇ ਉਹਦੇ ਵਾਸਤੇ ਵੀ ਪ੍ਰਾਰਥਨਾ ਕਰਨ ਡਏ ਨੇ ਜੀ 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 ਤੇ ਦਾਣੇ ਜਿਹੜੇ ਕਹਿੰਦੇ ਨਿਕਲਣਗੇ ਤੂੰ ਮਸ਼ੀਨ ਵਾਲਿਆ ਤੂੰ ਲੈ ਜੀ ਨਾਲ ਆ ਹੁਣੇ ਮੈਨੂੰ ਦੱਸ ਕੇ ਗਿਆ ਮੇਰਾ ਇੱਕ ਮਿੱਤਰ ਜੀ ਇਹਦਾ ਇਸ ਤਰ੍ਹਾਂ ਲੱਭਦੇ ਪਏ ਆ ਜੀ 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 ਬਿਲਕੁਲ ਬਿਲਕੁਲ ਜੀ ਤੇ ਨਾਲ ਹੀ ਜਰਾ ਗੁਜਾਰਿਸ਼ ਆ ਬਈ ਤੁਹਾਨੂੰ ਕਿ ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਦਿਓ ਤੇ ਅੱਗੇ ਮੈਂ ਦੇਖਦਾ ਕੋ ਹੋਰ ਵੀਰ ਦਾ ਕਿਸੇ ਦਾ ਕਮੈਂਟ ਆਇਆ ਤਾਂ ਆ ਆਪਣਾ ਇਹਦੇ ਵਿੱਚੋਂ ਐ 10-12 ਰੁਪਏ ਇੰਸਪੈਕਟਰ ਵੀ ਮੰਗੇਗਾ ਜੀ ਵਧੀਆ ਜਿੰਸ ਵਧੀਆ ਜਿੰਸ ਤੇ ਵੀ ਲੈਂਦਾ ਸੀਗਾ ਜੀ ਗੁਰਵਿੰਦਰ ਜੀ ਕਹ ਰਿਹਾ ਜੀ ਕਿ ਨਕ ਜੇ ਭਾਈ ਲੈਂਦਾ ਤਾਂ ਕਰੋ ਸਰਕਾਰ ਨੂੰ ਸ਼ਿਕਾਇਤ ਕਰੋ ਤੁਸੀਂ ਕਿਉਂ ਦੇ ਸਰਕਾਰ ਦੀ ਤਾਂ ਆਖੀ ਪਹਿਲੀ ਕ੍ਰਪਸ਼ਨ ਨੂੰ ਬਿਲਕੁਲ ਇਹਨਾਂ ਦੀ ਸੁਣਵਾਈ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਆ ਕਿ ਵਧੀਆ ਬਣਾਇਆ ਹੋਵੇ ਜੀ ਔਨਲਾਈਨ ਜੋ ਵੀ ਇਹਨਾਂ ਦੀ ਹੁੰਦੀ ਹੈ ਕੰਪਲੇਂਟ ਉਹ ਇਸ ਤਰ੍ਹਾਂ ਦੀ ਹੈਲਪ ਲਾਈਨ ਸ਼ੁਰੂ ਕਰਨ ਕਿ ਮੰਡੀ 'ਚ ਬੈਠਾ ਹੀ ਬੰਦਾ ਮਾਰੇ ਦਿਨ ਤੇ 20 ਕੰਮ ਕਰਨਾ ਹੈ ਨਾ 20 25 ਦਿਨ ਦੀ ਖਰੀਦ ਆ ਤਾਂ 20 25 ਦਿਨ ਤਾਂ ਮਸ਼ੀਨਰੀ ਜਿਹੜੀ ਆ ਪੂਰੀ ਤਿਆਰ ਵਰ ਤਿਆਰ ਰਹਿ ਸਕਦੀ ਆ ਬਿਲਕੁਲ ਬਿਲਕੁਲ ਤੇ ਜੇ ਭਾਈ ਕੋਈ ਕਰਦਾ ਏਦਾਂ ਤਾਂ ਉਹਦੀ ਵੀਡੀਓ ਆਡੀਓ ਕੋਈ ਵੀ ਹੈਗੀ ਤੇ ਉਹ ਨਾਲ ਦੀ ਨਾਲ ਤੁਸੀਂ ਇੱਕ ਕੈਮਰਾ ਲੈ ਛੱਡੋ 5-700 ਦਾ ਅੱਜਕੱਲ ਕੈਮਰਾ ਆ ਜਾਂਦਾ ਐਵੇਂ ਪੈਨ ਜੱਟਾਂਗੇ ਆ ਜੀ ਮੈਂ ਤੇ ਬੈਠਾ ਬੈਠਾ ਗੀਤ ਲਿਖਦਾ ਪੈਨ ਰੱਖੋਗਾ ਹੋਰ ਕੀ ਉਹ ਨੁਕਤੇ ਤੁਹਾਨੂੰ ਅਸੀਂ ਦੱਸ ਦਿੰਨੇ ਫਿਰ ਹੋਰ ਕੀ ਆ ਜੀ ਪੈਨ ਲਾ ਲਓ ਇੱਥੇ ਬਹਿ ਜਾਓ ਉੱਥੇ ਮੰਜੇ ਦੇ ਵਿੱਚ ਨਹੀਂ ਅੱਜਕੱਲ ਮੁੰਡੇ ਖੁੰਡੇ ਤਾਂ ਮੋਬਾਈਲ ਦੇ ਨਾਲ ਵੀ ਕਰ ਲੈਂਦੇ ਕੰਮ ਇਹ ਤਾਂ ਐਣ ਕਈਆਂ 'ਚ ਵੀ ਲਾ ਜਾਂਦੇ ਬਥੇਰਾ ਖੁਸ਼ ਆ ਆਹ ਮੋਬਾਈਲ ਟੇਡਾ ਕਰਕੇ ਟੰਗ ਲੋਰ ਕੀ ਆ ਆਪੇ ਜੋ ਆਪੇ ਕੋਈ 2-4 ਛਾੜੋਗੇ ਤੇ ਫਿਰ ਪਤਾ ਲੱਗ ਜਾਏਗਾ ਹੋਰ ਤਾਂ ਹੱਲ ਹੀ ਨਹੀਂ ਬਾਈ ਫਿਰ ਦੂਦਰਾ ਕਰੂ ਵੀ ਕੀ ਹੈ ਬਿਲਕੁਲ ਬਿਲਕੁਲ